ਪਤਨੀ ਦਾ ਕਤਲ ਕਰਕੇ ਉਸਦੀ ਲਾਸ਼ ਨੂੰ ਦਫਨਾਉਣ ਵਾਲੇ ਮੁਲਜ਼ਮ ਨੂੰ ਲੁਧਿਆਣਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਮੁਲਜ਼ਮ ਨੇ ਆਪਣੀ ਪਤਨੀ ਦੇ ਪਰਿਵਾਰਕ ਮੈਂਬਰਾਂ ਨੂੰ ਬਿਨਾਂ ਦੱਸੇ ਹੀ ਲਾਸ਼ ਨੂੰ ਕਬਰਿਸਤਾਨ ਵਿੱਚ ਦਫਨਾ ਦਿੱਤਾ ਸੀ, ਜਿਸ ਤੋਂ ਬਾਅਦ ਪੁਲਿਸ ਨੇ ਮ੍ਰਿਤਕ ਔਰਤ ਦੇ ਭਰਾ ਦੇ ਬਿਆਨਾਂ ਦੇ ਆਧਾਰ 'ਤੇ ਕਬਰਿਸਤਾਨ ਵਿੱਚੋਂ ਲਾਸ਼ ਬਾਹਰ ਕਢਵਾ ਕੇ ਪੋਸਟਮਾਰਟਮ ਕਰਵਾਇਆ, ਜਿਸ ਤੋਂ ਬਾਅਦ ਇਹ ਮਾਮਲਾ ਕਤਲ ਦਾ ਨਿਕਲਿਆ। ਇਸ ਸੰਬੰਧੀ ਪੁਲਿਸ ਕਮਿਸ਼ਨਰ ਰਾਕੇਸ਼ ਕੁਮਾਰ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਸਾਰੇ ਮਾਮਲੇ ਬਾਰੇ ਜਾਣਕਾਰੀ ਦਿੱਤੀ। 19 ਸਤੰਬਰ ਕੋ ਡਿਵੀਜ਼ਨ 7 ਲੁਧਿਆਣਾ ਪੁਲਿਸ ਕੋ ਇਨਫੋਰਮੇਸ਼ਨ ਮਿਲੀ ਥੀ। ਇੱਕ ਆਦਮੀ ਨੇ ਆਪਣਾ ਬਿਆਨ ਲਿਖਵਾਇਆ ਥਾ ਕਿ ਉਸਕੀ ਸਿਸਟਰ ਕੀ ਮੌਤ ਲੁਧਿਆਣਾ ਮੇਂ ਹੋ ਗਈ ਹੈ ਔਰ ਉਸਕੇ ਜੋ ਜੀਜੇ ਕੇ ਮੁਤਾਬਿਕ ਸਿਸਟਰ ਕੁਦਰਤੀ ਤੌਰ ਪਰ ਮਰ ਗਈ ਹੈ, ਲੇਕਿਨ ਉਸਕੇ ਭਾਈ ਨੇ ਲਿਖਾਇਆ ਮਰਨੇ ਵਾਲੀ ਕੇ ਕਿ ਉਨਕੋ ਸ਼ੱਕ ਹੈ ਕਿ ਇਹ ਜੋ ਮੌਤ ਹੈ ਇਹ ਨੇਚੁਰਲ ਨਹੀਂ ਹੋਈ, ਇਸਮੇ ਸ਼ੱਕੀ ਹਾਲਾਤ ਮੇਂ ਹੋਈ ਹੈ, ਤੋ ਇਸਕੀ ਜੋ ਬੋਡੀ ਦਫਨਾਈ ਗਈ ਹੈ ਉਸਕੋ ਨਿਕਲਵਾ ਕਰ ਪੁਲਿਸ ਉਸਕਾ ਪੋਸਟਮਾਰਟਮ ਕਰਾਏ ਔਰ ਉਸਕੀ ਡੂੰਘਾਈ ਸੇ ਪੜਤਾਲ ਕਰੇ, ਜਿਸ ਬੇਸ ਪਰ ਐਗਜ਼ੀਕਿਊਟਿਵ ਮੈਜਿਸਟ੍ਰੇਟ ਕੀ ਹਾਜ਼ਰੀ ਮੇਂ ਉਸ ਬੋਡੀ ਕੋ ਨਿਕਲਵਾਇਆ ਗਿਆ ਔਰ ਉਸਕਾ ਪੋਸਟਮਾਰਟਮ ਕਰਵਾਇਆ ਗਿਆ। ਪੋਸਟਮਾਰਟਮ ਕੇ ਦੌਰਾਨ ਇਹ ਬਾਤ ਸਾਹਮਣੇ ਆਈ ਕਿ ਜੋ ਮੌਤ ਹੈ ਵੋ ਨੇਚੁਰਲ ਤਰੀਕੇ ਸੇ ਨਹੀਂ ਹੋਈ, ਵੋ ਮੌਤ ਚੋਟੋਂ ਕੇ ਕਾਰਨ ਹੋਈ ਹੈ, ਜੋ ਕਿ ਮਰਨੇ ਵਾਲੀ ਜੋ ਲੇਡੀ ਥੀ ਉਸਕੇ ਬੋਡੀ ਪਰ ਚਿਹਰੇ ਪਰ ਕਾਫੀ ਸਾਰੇ ਚੋਟੋਂ ਕੇ ਨਿਸ਼ਾਨ ਥੇ। ਉਸ ਬੇਸ ਪਰ ਪੋਸਟਮਾਰਟਮ ਕੀ ਰਿਪੋਰਟ ਔਰ ਡਾਕਟਰ ਕੇ ਬਿਆਨ ਔਰ ਜੋ ਮਰਨੇ ਵਾਲੀ ਹੈ ਉਸਕੇ ਭਾਈ ਕੀ ਉਸਕੇ ਜੋ ਹੈ ਭਾਈ ਕੇ ਬਿਆਨੋ ਕੇ ਆਧਾਰ ਪਰ ਪੁਲਿਸ ਨੇ FIR ਦਰਜ ਕੀ ਔਰ ਉਸਕੇ ਹਸਬੈਂਡ ਕੇ ਖਿਲਾਫ ਮਰਨੇ ਵਾਲੀ ਕੇ ਔਰ ਉਸਕੇ ਬਾਅਦ ਉਸ ਹਸਬੈਂਡ ਕੋ ਗ੍ਰਿਫਤਾਰ ਕੀਆ। ਦੱਸ ਦਈਏ ਕਿ ਸ਼ਿਵਰਾਜ ਨੇ ਆਪਣੀ ਪਤਨੀ ਦਾ ਕਤਲ ਕਿਸੇ ਵਿਅਕਤੀ ਨਾਲ ਨਜਾਇਜ਼ ਸਬੰਧ ਹੋਣ ਦੇ ਸ਼ੱਕ ਵਿੱਚ ਕੀਤਾ ਸੀ। ਲੁਧਿਆਣਾ ਤੋਂ ਤਰਸੇਮ ਭਾਰਦਵਾਜ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਤੇ January 2020 ਦੇ ਦਾਖਲੇ ਖੁੱਲ ਚੁੱਕੇ ਹਨ। ਯੂ ਨੋ SDS, non-SDS ਯੂਨੀਵਰਸਿਟੀ ਪ੍ਰਣਾਲੀ ਦੇ ਅੰਦਰ ਤੁਸੀਂ ਜਨਵਰੀ ਸੈਸ਼ਨ ਦੇ ਲਈ ਦਾਖਲਾ ਲੈ ਕੇ ਟਾਈਮ ਸਿਰ ਆਪਣਾ ਵੀਜ਼ਾ ਫਾਈਲ ਕਰ ਸਕਦੇ ਹੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰ ਸਕਦੇ ਹੋ।